ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਪੋਸਟ ਆਊਟ ਕੀਤੀ ਗਈ ਹੈ। ਉਮਰ ਹੱਦ ਦੀ ਗੱਲ ਕਰੀਏ ਤਾਂ 40 ਸਾਲ ਤੱਕ ਦੀ ਉਮਰ ਇਸ ਦੇ ਵਿੱਚ ਰਹਿਣ ਵਾਲੀ ਹੈ। ਲੜਕੇ ਤੇ ਲੜਕੀਆਂ ਦੋਵੇਂ ਹੀ ਅਪਲਾਈ ਕਰ ਸਕਦੇ ਨੇ। ਅਪਲਾਈ ਕਰਨ ਦੀ ਆਖਰੀ ਮਿਤੀ 16 ਫਰਵਰੀ ਜਿਹੜੀ ਹੈ ਉਹ ਰਹਿਣ ਵਾਲੀ ਹੈ। ਕਿਵੇਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਪੂਰੀ ਜਾਣਕਾਰੀ ਇਸੇ ਵੀਡੀਓ ਦੇ ਵਿੱਚ ਮਿਲੇਗੀ। ਵੀਡੀਓ ਪੂਰੀ ਦੇਖਿਓ, ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਚੱਲਦੇ ਹੈ ਨੋਟੀਫਿਕੇਸ਼ਨ ਤੇ। ਤਾਂ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਐਂਡ ਸਿੰਧ ਬੈਂਕ ਦੁਆਰਾ ਇਹ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ, ਜਿਸ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਰੂਰਲ ਸੈਲਫ ਇੰਪਲਾਇਮੈਂਟ ਟ੍ਰੇਨਿੰਗ ਇੰਸਟੀਚਿਊਟ ਲੁਧਿਆਣਾ ਦੇ ਲਈ ਇੱਕ ਪੋਸਟ ਜਿਹੜੀ ਹੈ ਉਹ ਆਊਟ ਕੀਤੀ ਗਈ ਹੈ। ਆਫਿਸ ਅਸਿਸਟੈਂਟ ਦੀ ਪੋਸਟ ਜਿਹੜੀ ਹੈ ਉਹ ਆਊਟ ਕੀਤੀ ਗਈ ਹੈ। ਅਗਰ ਇਸ ਦੇ ਲਈ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ BSW BA BCOM ਵਿਦ ਕੰਪਿਊਟਰ ਨੌਲੇਜ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਬੇਸਿਕ ਅਕਾਊਂਟਿੰਗ ਨੌਲੇਜ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਲੋਕਲ ਲੈਂਗੁਏਜ ਤੁਸੀਂ ਜਿਹੜੀ ਹੈ ਉਹ ਪ੍ਰੋਪਰ ਬੋਲਦੇ ਹੋ, ਹਿੰਦੀ ਅਤੇ ਇੰਗਲਿਸ਼ ਦੇ ਵਿੱਚ ਵੀ ਤੁਹਾਡੇ ਕੋਲ ਜਿਹੜੀ ਹੈ ਉਹ ਅੱਛੀ ਕਮਾਂਡ ਹੋਣੀ ਚਾਹੀਦੀ ਹੈ। MS ਆਫਿਸ, ਵਰਡ, ਐਕਸਲ, ਟੈਲੀ, ਇੰਟਰਨੈਟ ਦੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਟਾਈਪਿੰਗ ਸਕਿੱਲ ਵੀ ਇਹਨਾਂ ਨੇ ਮੰਗੀ, ਜਿਸ ਦੇ ਵਿੱਚ ਹਿੰਦੀ ਅਤੇ ਇੰਗਲਿਸ਼ ਦੇ ਵਿੱਚ ਤੁਹਾਡੇ ਕੋਲ ਜਿਹੜੀ ਹੈ ਉਹ ਟਾਈਪਿੰਗ ਦੀ ਸਪੀਡ ਵੀ ਅੱਛੀ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਮੰਥਲੀ ਇਨਕਮ ਦੀ ਗੱਲ ਕਰਾਂ ਤਾਂ 12,000 ਪਰ ਮੰਥ ਇਹਨਾਂ ਨੇ ਸੈਲਰੀ ਜਿਹੜੀ ਹੈ ਇੱਥੇ ਦੇਣੀ ਹੈ ਤੁਹਾਨੂੰ। ਔਰ ਏਜ ਦੀ ਗੱਲ ਕਰੀਏ ਤਾਂ 22 ਸਾਲਾਂ ਤੋਂ ਲੈ ਕੇ 40 ਸਾਲਾਂ ਤੱਕ ਅਪਲਾਈ ਕਰ ਸਕਦੇ ਨੇ, ਕੋਈ ਵੀ ਅਪਲਾਈ ਕਰ ਸਕਦਾ, ਮੁੰਡੇ ਕੁੜੀਆਂ ਕੋਈ ਵੀ ਇਸ ਦੇ ਵਿੱਚ ਅਪਲਾਈ ਕਰ ਸਕਦਾ ਹੈ। ਇਸਦਾ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਰਿਟਨ ਐਗਜ਼ਾਮ ਹੋਏਗਾ, ਜਿਸ ਦੇ ਵਿੱਚ ਜਨਰਲ ਨੌਲੇਜ ਅਤੇ ਕੰਪਿਊਟਰ ਕੈਪੇਬਿਲਿਟੀ ਦਾ ਟੈਸਟ ਹੋਏਗਾ। ਉਸ ਤੋਂ ਬਾਅਦ ਤੁਹਾਡੀ ਪਰਸਨਲ ਇੰਟਰਵਿਊ ਜਿਹੜੀ ਹੈ ਇਸ ਦੇ ਵਿੱਚ ਲਿੱਤੀ ਜਾਏਗੀ, ਔਰ ਉਸ ਤੋਂ ਬਾਅਦ ਹੀ ਤੁਹਾਨੂੰ ਜਿਹੜਾ ਹੈਗਾ ਇਹ ਜੋਬ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਏਗੀ। ਇਸ ਦੇ ਵਿੱਚ ਅਪਲਾਈ ਤੁਸੀਂ ਕਿਵੇਂ ਕਰਨਾ ਹੋਏਗਾ ਤਾਂ ਇਸ ਦੇ ਵਿੱਚ ਅਪਲਾਈ ਕਰਨ ਦੇ ਲਈ ਇਸੇ ਨੋਟੀਫਿਕੇਸ਼ਨ ਦੇ ਨਾਲ ਇੱਕ ਪਰਫਾਰਮਾ ਤੁਹਾਨੂੰ ਨੱਥੀ ਕੀਤਾ ਹੋਇਆ, ਜਿਸ ਦੇ ਵਿੱਚ ਤੁਸੀਂ ਨੇਮ, ਫਾਦਰ ਨੇਮ, ਐਡਰੈਸ, ਪਰਮਾਨੈਂਟ ਐਡਰੈਸ, ਕੈਟਾਗਰੀ, ਡੇਟ ਆਫ ਬਰਥ ਵਗੈਰਾ ਲਿਖ ਕੇ ਆਪਣੇ ਮੋਬਾਈਲ ਨੰਬਰ, ਲੈਂਡਲਾਈਨ ਜਾਂ ਈਮੇਲ ਆਈਡੀ ਜ਼ਰੂਰ ਲਿਖੋ, ਕਿਉਂਕਿ ਫਰਦਰ ਇਨਫੋਰਮੇਸ਼ਨ ਤੁਹਾਨੂੰ ਇਸੇ ਤੇ ਹੀ ਪ੍ਰੋਵਾਈਡ ਕੀਤੀ ਜਾਏਗੀ। ਉਸ ਤੋਂ ਬਾਅਦ ਤੁਸੀਂ ਆਪਣੀਆਂ ਪ੍ਰੋਪਰ ਕੁਆਲੀਫਿਕੇਸ਼ਨਸ ਨੂੰ ਜਿਹੜਾ ਹੈਗਾ ਉਹ ਫਿਲ ਕਰਕੇ ਪ੍ਰੋਪਰ ਇਹ ਪਰਫਾਰਮਾ ਜਿਹੜਾ ਹੈਗਾ ਉਹ ਡਿਟੇਲ ਫਿਲ ਕਰਕੇ ਇਸ ਨੂੰ ਜਿਹੜਾ ਹੈਗਾ ਉਹ ਤੁਸੀਂ ਭੇਜਣਾ ਹੋਏਗਾ। ਕਿੱਥੇ ਭੇਜਣਾ ਹੋਏਗਾ? ਤਾਂ ਟੂ ਦਾ ਡਿਪਟੀ ਜਨਰਲ ਮੈਨੇਜਰ, ਟਰਸਟੀ, PSB ਟ੍ਰੇਡ, ਪੰਜਾਬ ਐਂਡ ਸਿੰਧ ਬੈਂਕ ਕਾਰਪੋਰੇਟ ਆਫਿਸ ਦੇ ਲਈ ਤੁਸੀਂ ਜਿਹੜਾ ਹੈਗਾ ਇੱਥੇ ਭੇਜਣਾ ਹੋਏਗਾ। ਇੱਥੇ ਫੋਟੋ ਤੁਸੀਂ ਜਿਹੜੀ ਹੈਗੀ ਆ ਆਪਣੀ ਲੇਟੈਸਟ ਫੋਟੋ ਜਿਹੜੀ ਹੈਗੀ ਆ ਉਹ ਤੁਸੀਂ ਇੱਥੇ ਲਗਾਣੀ ਹੋਏਗੀ। ਇਸ ਦੇ ਲਈ ਤੁਸੀਂ ਜਿਹੜਾ ਹੈਗਾ ਇਹ ਪਰਫਾਰਮਾ ਜਿਹੜਾ ਹੈਗਾ ਫਿਲ ਕਰਕੇ ਤੁਸੀਂ ਆਪਣੀਆਂ ਜਿੰਨੇ ਵੀ ਡਾਕੂਮੈਂਟ ਤੁਸੀਂ ਲਿਖੇ ਹੋਣਗੇ, ਮਤਲਬ ਜੋ ਵੀ ਕੁਆਲੀਫਿਕੇਸ਼ਨ ਤੁਸੀਂ ਲਿਖੀ ਹੈ ਉਸਦੇ ਡਾਕੂਮੈਂਟ ਵੀ ਤੁਸੀਂ ਸੈਲਫ ਅਟੈਸਟਡ ਕਰਕੇ ਇਸ ਪਰਫਾਰਮੇ ਦੇ ਨਾਲ ਨੱਥੀ ਕਰਨਾ ਹੋਏਗਾ। ਔਰ ਰਜਿਸਟਰਡ ਪੋਸਟ ਜਾਂ ਸਪੀਡ ਪੋਸਟ ਦੁਆਰਾ ਹੀ ਤੁਸੀਂ ਸੈਂਡ ਕਰ ਸਕਦੇ ਹੋ ਆਪਣੀ ਐਪਲੀਕੇਸ਼ਨਸ ਨੂੰ। ਔਰ ਆਪਣੀ ਇਨਵੈਲਪ ਤੇ ਇਹ ਲਿਖਣਾ ਜ਼ਰੂਰ ਨਾ ਭੁੱਲਿਓ, ਇੰਗੇਜਮੈਂਟ ਆਫ ਸਪੋਰਟਿੰਗ ਸਟਾਫ ਐਟ ਪੰਜਾਬ ਐਂਡ ਸਿੰਧ ਬੈਂਕ ਰੂਰਲ ਸੈਲਫ ਇੰਪਲਾਇਮੈਂਟ ਟ੍ਰੇਨਿੰਗ ਇੰਸਟੀਚਿਊਟ ਲੁਧਿਆਣਾ। ਜੋ ਕੈਂਡੀਡੇਟ ਵਿਲਿੰਗ ਨੇ ਉਹ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਇਸ ਨੋਟੀਫਿਕੇਸ਼ਨ ਨੂੰ ਚੈੱਕ ਕਰ ਸਕਦੇ ਨੇ, ਪਰਫਾਰਮਾ ਡਾਊਨਲੋਡ ਕਰਕੇ ਭਰ ਸਕਦੇ ਨੇ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ ਦੇ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਥੈਂਕ ਯੂ। ਤਾਂ ਪੰਜਾਬ ਨੈਸ਼ਨਲ ਬੈਂਕ 'ਚ ਭਰਤੀਆਂ ਆਊਟ ਕੀਤੀਆਂ ਗਈਆਂ ਨੇ, ਪੋਸਟਾਂ ਨੇ 1025। ਅਗਰ ਗੱਲ ਕਰੀਏ ਉਮਰ ਹੱਦ ਦੀ ਤਾਂ 25 ਤੋਂ ਲੈ ਕੇ
38 ਸਾਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਆਖਰੀ ਮਿਤੀ ਹੈ 25 ਫਰਵਰੀ 2024 ਔਰ ਤਨਖਾਹ ਜਿਹੜੀ ਆ ਉਹ 36,000 ਤੋਂ ਲੈ ਕੇ 78,000 ਪਲੱਸ ਜਿਹੜੀ ਆ ਉਹ ਤਨਖਾਹ ਤੁਹਾਡੀ ਇਸ ਦੇ ਵਿੱਚ ਰਹਿਣ ਵਾਲੀ ਹੈ। ਕਿਵੇਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਇਸੇ ਵੀਡੀਓ ਦੇ ਵਿੱਚ ਮਿਲੇਗੀ। ਵੀਡੀਓ ਪੂਰੀ ਦੇਖਿਓ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਚੱਲਦੇ ਹਾਂ ਨੋਟੀਫਿਕੇਸ਼ਨ ਵੱਲ। ਤਾਂ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਭਰਤੀਆਂ ਆਊਟ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ। ਔਰ ਆਨਲਾਈਨ ਰਜਿਸਟ੍ਰੇਸ਼ਨ ਦੀ ਅਗਰ ਡੇਟ ਦੀ ਗੱਲ ਕਰੀਏ ਤਾਂ 7/2/2024 ਤੋਂ ਆਨਲਾਈਨ ਐਪਲੀਕੇਸ਼ਨਸ ਤੁਹਾਡੀਆਂ ਸਟਾਰਟ ਹੋ ਜਾਣਗੀਆਂ ਅਤੇ ਇਸ ਦੀ ਜੋ ਕਲੋਜ਼ਿੰਗ ਡੇਟ ਰਹਿਣ ਵਾਲੀ ਹੈ ਉਹ ਹੈ 25/2/2024 25/2/2024 ਨੂੰ ਤੁਹਾਡੀ ਇਸਦੀ ਜਿਹੜੀ ਹੈ ਕਲੋਜ਼ਿੰਗ ਡੇਟ ਹੈ। ਉਸ ਤੋਂ ਬਾਅਦ ਅਗਰ ਆਪਾਂ ਡੇਟ ਆਫ ਆਨਲਾਈਨ ਟੈਸਟ ਦੀ ਗੱਲ ਕਰੀਏ ਤਾਂ 3/4/2024 ਦੇ ਵਿੱਚ ਇਸਦਾ ਜਿਹੜਾ ਹੈ ਉਹ ਆਨਲਾਈਨ ਐਗਜ਼ਾਮ ਵੀ ਕੰਡਕਟ ਜਿਹੜਾ ਹੈ ਉਹ ਕਰਵਾ ਲਿਆ ਜਾਵੇਗਾ। ਤੋ ਨੇਮ ਆਫ ਪੋਸਟ ਦੀ ਆਪਾਂ ਗੱਲ ਕਰੀਏ ਤੋ ਆਫਿਸਰ ਕ੍ਰੈਡਿਟ ਦੀਆਂ ਵੈਕੈਂਸੀਜ ਆਊਟ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਨੰਬਰ ਆਫ ਵੈਕੈਂਸੀਜ ਦੀ ਗੱਲ ਕਰੀਏ ਤੋ 1,000 ਵੈਕੈਂਸੀਜ ਦੇ ਵਿੱਚ ਆਊਟ ਕੀਤੀ ਗਈ ਹੈ। ਸੈਲਰੀ ਦੀ ਗੱਲ ਕਰੀਏ ਤੋ 36,000 ਪਲੱਸ ਜਿਹੜੀ ਹੈ ਇਸਦੀ ਸੈਲਰੀ ਜਿਹੜੀ ਹੈ ਉਹ ਤੁਹਾਡੀ ਰਹਿਣ ਵਾਲੀ ਹੈ। ਉਸ ਤੋਂ ਬਾਅਦ ਮੈਨੇਜਰ ਫੋਰੈਕਸ ਦੀ ਪੋਸਟ ਹੈ, ਜਿਸ ਦੇ ਵਿੱਚ 15 ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਮੈਨੇਜਰ ਸਾਈਬਰ ਸਿਕਿਉਰਿਟੀ ਦੀ ਪੋਸਟ ਹੈ, ਜਿਸ ਦੇ ਵਿੱਚ 5 ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਉਸ ਤੋਂ ਬਾਅਦ ਸੀਨੀਅਰ ਮੈਨੇਜਰ ਸਾਈਬਰ ਸਿਕਿਉਰਿਟੀ ਦੀਆਂ ਪੋਸਟਾਂ ਨੇ, ਜੋ ਕਿ 5 ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਔਰ ਇਹਦੇ ਵਿੱਚ ਜੋ ਪੇ ਸਕਿੱਲ ਤੁਹਾਡਾ ਰਹਿਣ ਵਾਲਾ ਹੈ ਉਹ ਡਿਫਰੈਂਟ ਡਿਫਰੈਂਟ ਇਸਦੇ ਅੰਡਰ ਜਿਹੜਾ ਹੈਗਾ ਉਹ ਪੋਸਟ ਦੇ ਰਿਗਾਰਡਿੰਗ ਹੀ ਤੁਹਾਡਾ ਜਿਹੜਾ ਹੈਗਾ ਉਹ ਪੇ ਸਕੇਲ ਰਹਿਣ ਵਾਲਾ ਹੈ। ਇਹਨਾਂ ਨੂੰ ਫਰਦਰ ਜਿਹੜਾ ਹੈਗਾ ਉਹ ਕੈਟਾਗਰੀ ਵਾਈਜ਼ ਵੀ ਡਿਵਾਈਡ ਕੀਤਾ ਗਿਆ, ਜਿਵੇਂ ਕਿ ਅਗਰ ਆਫਿਸਰ ਕ੍ਰੈਡਿਟ ਦੀ ਗੱਲ ਕਰੀਏ ਤਾਂ 1,000 ਪੋਸਟ ਹੈ, ਜਿਹਨੂੰ SC ST OBC ਔਰ ਅੱਗੇ ਇਕਨੋਮਿਕਲ ਵੀਕਰ ਸੈਕਸ਼ਨ ਦੇ ਵਿੱਚ ਵੀ ਡਿਵਾਈਡ ਜਿਹੜਾ ਹੈਗਾ ਉਹ ਕੀਤਾ ਗਿਆ ਹੈ। ਤਾਂ ਤੁਸੀਂ ਇਸਦੀ ਡਿਟੇਲ ਜਿਹੜੀ ਹੈਗੀ ਉਹ ਅੱਛੀ ਤਰ੍ਹਾਂ ਚੈੱਕ ਕਰਕੇ ਹੀ ਤੁਸੀਂ ਜਿਹੜਾ ਇਸ ਦੇ ਵਿੱਚ ਅਪਲਾਈ ਕਰਨਾ ਹੋਏਗਾ। ਅਗਰ ਆਪਾਂ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਕੈਂਡੀਡੇਟ ਜਿਹੜਾ ਉਹ ਸਿਟੀਜ਼ਨ ਆਫ ਇੰਡੀਆ ਹੋਣਾ ਚਾਹੀਦਾ, ਠੀਕ ਹੈ, ਜਾਂ ਨੇਪਾਲ ਦਾ, ਭੂਟਾਨ ਦਾ ਹੋ ਸਕਦਾ। ਔਰ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਏਜ ਰਿਲੈਕਸੇਸ਼ਨ ਕਿੰਨੀ ਹੋਣੀ ਚਾਹੀਦੀ ਹੈ, ਤਾਂ ਆਫਿਸਰ ਕ੍ਰੈਡਿਟ ਦੀ ਜੋ ਏਜ ਲਿਮਿਟ ਦਿੱਤੀ ਹੈ ਉਹ ਮਿਨੀਮਮ 21 ਸਾਲ ਔਰ ਮੈਕਸੀਮਮ 28 ਸਾਲ ਜਿਹੜੀ ਹੈ ਇਸਦੀ ਏਜ ਲਿਮਿਟ ਦਿੱਤੀ ਹੈ। ਔਰ ਇਸਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਗਵਰਮੈਂਟ ਨੋਰਮਸ ਦੇ ਅੰਡਰ ਜਿਹੜਾ ਹੈਗਾ ਉਹ ਰਿਲੈਕਸੇਸ਼ਨ ਵੀ ਦਿੱਤਾ ਜਾਏਗਾ। ਔਰ ਇਸਦੇ ਵਿੱਚ ਅਗਰ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਮੈਂਡੇਟਰੀ ਹੈ ਚਾਰਟਰ ਅਕਾਊਂਟੈਂਟ ਫਰੋਮ ਇੰਸਟੀਚਿਊਟ ਆਫ ਚਾਰਟਰ ਅਕਾਊਂਟੈਂਟ ਆਫ ਇੰਡੀਆ ਔਰ ਕੋਸਟ ਮੈਨੇਜਮੈਂਟ ਅਕਾਊਂਟੈਂਟ CMA ਫਰੋਮ ਇੰਸਟੀਚਿਊਟ ਆਫ ਕੋਸਟ ਅਕਾਊਂਟੈਂਟ ਆਫ ਇੰਡੀਆ। ਮੈਨੇਜਰ ਫੋਰੈਕਸ ਦੀ ਗੱਲ ਕਰੀਏ ਤਾਂ ਇਸਦੇ ਵਿੱਚ ਵੀ ਤੁਹਾਡੀ ਮਿਨੀਮਮ ਏਜ ਜਿਹੜੀ ਆ ਉਹ 25 ਸਾਲ ਔਰ ਮੈਕਸੀਮਮ 35 ਸਾਲ ਹੋਣੀ ਚਾਹੀਦੀ ਹੈ। ਔਰ ਇਸਦੇ ਵਿੱਚ ਵੀ ਤੁਹਾਨੂੰ ਜਿਹੜਾ ਗਵਰਨਮੈਂਟ ਨੋਰਮਸ ਦੇ ਅੰਡਰ ਰਿਲੈਕਸੇਸ਼ਨ ਦਿੱਤਾ ਜਾਏਗਾ। ਇਸਦੇ ਵਿੱਚ ਜੋ ਤੁਹਾਡੀ ਕੁਆਲੀਫਿਕੇਸ਼ਨ ਹੈ ਉਹ ਫੁੱਲ ਟਾਈਮ MBA ਔਰ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ ਔਰ ਇਕੁਇਲੈਂਟ ਵਿਦ ਸਪੈਸ਼ਲਾਈਜੇਸ਼ਨ ਇਨ ਫਾਈਨਾਂਸ ਇੰਟਰਨੈਸ਼ਨਲ ਬਿਜ਼ਨਸ ਫਰੋਮ ਐਨੀ ਇੰਸਟੀਚਿਊਟ ਔਰ ਕਾਲਜ ਯੂਨੀਵਰਸਿਟੀ ਦੁਆਰਾ ਤੁਹਾਡਾ ਹੋਣਾ
ਚਾਹੀਦਾ ਹੈ। ਉਸ ਤੋਂ ਬਾਅਦ ਹੈ ਮੈਨੇਜਰ ਸਾਈਬਰ ਸਿਕਿਉਰਿਟੀ। ਮੈਨੇਜਰ ਸਾਈਬਰ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਇਸਦੇ ਵਿੱਚ ਤੁਹਾਡੀ ਏਜ ਲਿਮਿਟ ਮਿਨੀਮਮ 25 ਸਾਲ, ਮੈਕਸੀਮਮ 35 ਸਾਲ ਹੋਣੀ ਚਾਹੀਦੀ ਹੈ। ਔਰ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਫੁੱਲ ਟਾਈਮ ਡਿਗਰੀ ਇਨ ਬੀ ਟੈਕ ਇਨ ਕੰਪਿਊਟਰ ਸਾਇੰਸ, ਇਨਫੋਰਮੇਸ਼ਨ ਟੈਕਨੋਲੋਜੀ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਤੁਹਾਡੀ ਹੋ ਸਕਦੀ ਹੈ। ਉਸ ਤੋਂ ਬਾਅਦ ਸੀਨੀਅਰ ਮੈਨੇਜਰ ਸਾਈਬਰ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਇਸਦੇ ਵਿੱਚ ਤੁਹਾਡੀ ਏਜ ਲਿਮਿਟ 27 ਸਾਲ ਮਿਨੀਮਮ ਔਰ ਮੈਕਸੀਮਮ 38 ਸਾਲ ਹੋਣੀ ਚਾਹੀਦੀ ਆ। ਔਰ ਇਸਦੇ ਵਿੱਚ ਵੀ ਜੋ ਤੁਹਾਡੀ ਕੁਆਲੀਫਿਕੇਸ਼ਨ ਰਹਿਣ ਵਾਲੀ ਆ ਉਹ ਫੁੱਲ ਟਾਈਮ ਡਿਗਰੀ ਇਨ ਬੀ ਟੈਕ ਇਨ ਕੰਪਿਊਟਰ ਸਾਇੰਸ, ਇਨਫੋਰਮੇਸ਼ਨ ਟੈਕਨੋਲੋਜੀ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਤੁਹਾਡੀ ਹੋ ਸਕਦੀ ਹੈ। ਤੁਸੀਂ ਇਸ ਦੇ ਵਿੱਚ 25-2-2024 ਤੱਕ ਜਿਹੜਾ ਹੈ ਉਹ ਅਪਲਾਈ ਕਰ ਸਕਦੇ ਹੋ। ਮਤਲਬ ਇਸਦੀ ਜੋ ਲਾਸਟ ਡੇਟ ਰਹਿਣ ਵਾਲੀ ਹੈ ਉਹ 25-2-2024 ਇਸਦੀ ਲਾਸਟ ਡੇਟ ਰਹਿਣ ਵਾਲੀ ਹੈ। ਔਨਲਾਈਨ ਤੁਸੀਂ ਇਸ ਦੇ ਵਿੱਚ ਅਪਲਾਈ ਜਿਹੜਾ ਹੈਗਾ ਉਹ ਕਰਨਾ ਹੋਵੇਗਾ। ਫਰਦਰ ਡਿਟੇਲ ਦੇ ਲਈ ਤੁਸੀਂ ਇਹ ਪੂਰੀ ਦੀ ਪੂਰੀ ਜਿਹੜੀ ਹੈਗੀ ਆ ਉਹ ਨੋਟੀਫਿਕੇਸ਼ਨ ਇਹਨਾਂ ਦੀ ਔਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਇਸ ਦੇ ਵਿੱਚ ਤੁਹਾਨੂੰ ਏਜ ਰਿਲੈਕਸੇਸ਼ਨ ਵੀ ਗੌਰਮੈਂਟ ਨੋਰਮਸ ਦੇ ਅੰਡਰ ਦਿੱਤਾ ਜਾਏਗਾ, ਜਿਵੇਂ SC ST ਦੇ ਲਈ 5 ਸਾਲ ਦੀ ਛੋਟ ਹੋਏਗੀ ਔਰ ਉਸ ਤੋਂ ਬਾਅਦ OBC ਦੇ ਲਈ 3 ਸਾਲ ਦੀ ਛੋਟ ਹੋਏਗੀ। ਇਸ ਦੇ ਵਿੱਚ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਔਨਲਾਈਨ ਰਿਟਨ ਐਗਜ਼ਾਮ ਜਿਹੜਾ ਟੈਸਟ ਤੁਹਾਡਾ ਕੰਡਕਟ ਕਰਵਾਇਆ ਜਾਏਗਾ, ਜਿਸ ਦੇ ਵਿੱਚ Part 1 ਅਤੇ Part 2 ਦਾ ਟੈਸਟ ਤੁਹਾਡਾ ਹੋਏਗਾ। ਨੇਮ ਆਫ ਟੈਸਟ ਦੀ ਗੱਲ ਕਰੀਏ ਤਾਂ Part 1 ਦੇ ਵਿੱਚ ਰੀਜ਼ਨਿੰਗ ਇੰਗਲਿਸ਼ ਅਤੇ ਕੁਆਂਟੀਟਿਵ ਐਪਟੀਚਿਊਡ ਆਏਗਾ, ਜਿਸ ਦੇ ਵਿੱਚ ਰੀਜ਼ਨਿੰਗ 25 ਨੰਬਰ ਦੀ, ਇੰਗਲਿਸ਼ ਲੈਂਗੁਏਜ 25 ਨੰਬਰ ਦੀ ਅਤੇ ਕੁਆਂਟੀਟਿਵ ਐਪਟੀਚਿਊਡ ਜਿਹੜਾ ਉਹ 50 ਨੰਬਰ ਦਾ ਤੁਹਾਡੇ ਕੋਲ ਰਹਿਣ ਵਾਲਾ ਹੈ। ਮੈਕਸੀਮਮ ਮਾਰਕਸ ਦੀ ਗੱਲ ਕਰੀਏ ਤਾਂ ਰੀਜ਼ਨਿੰਗ ਜਿਹੜੀ ਆ ਉਹ 25 ਨੰਬਰ ਦੀ, ਇੰਗਲਿਸ਼ 25 ਨੰਬਰ ਦੀ ਅਤੇ ਕੁਆਂਟੀਟਿਵ ਐਪਟੀਚਿਊਡ ਜਿਹੜਾ ਤੁਹਾਡਾ 50 ਨੰਬਰ ਦਾ ਆਏਗਾ। ਉਸ ਤੋਂ ਬਾਅਦ Part 2 ਦੀ ਗੱਲ ਕਰੀਏ ਤਾਂ ਇਹ ਪ੍ਰੋਫੈਸ਼ਨਲ ਨੌਲੇਜ ਜੋ ਤੁਹਾਡਾ ਆਪਣਾ ਸਬਜੈਕਟ ਹੈ ਉਸਦੇ ਰਿਗਾਰਡਿੰਗ ਆਏਗਾ, ਔਰ ਇਸਦੇ ਵਿੱਚ 50 ਕੁਸ਼ਚਨ ਆਉਣਗੇ ਔਰ 100 ਨੰਬਰ ਦੇ ਜਿਹੜੇ ਕੁਸ਼ਚਨ ਹੈ ਇਹ ਸੈੱਟ ਕੀਤੇ ਜਾਣਗੇ। ਟੋਟਲ ਤੁਹਾਡਾ ਡਿਊਰੇਸ਼ਨ ਜਿਹੜਾ ਉਹ 120 ਮਿੰਟਾਂ ਦਾ ਰਹਿਣ ਵਾਲਾ ਹੈ। ਇਸਦੀ ਪੂਰੀ ਡਿਟੇਲ ਤੁਸੀਂ ਇਸਦੀ ਆਪਣੀ ਨੋਟੀਫਿਕੇਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਚੈੱਕ ਕਰ ਸਕਦੇ ਹੋ। ਇਹਨਾਂ ਦੀ ਪੂਰੀ ਨੋਟੀਫਿਕੇਸ਼ਨ ਚੈੱਕ ਕਰਨ ਤੋਂ ਬਾਅਦ ਹੀ ਤੁਸੀਂ ਇਸਦੇ ਵਿੱਚ ਜਿਹੜਾ ਹੈਗਾ ਉਹ ਅਪਲਾਈ ਕਰਨਾ ਹੋਏਗਾ। ਅਗਰ ਫੀ ਦੀ ਗੱਲ ਕਰੀਏ ਤਾਂ SC ST PWBD ਕੈਟਾਗਰੀ ਕੈਂਡੀਡੇਟ ਦੇ ਲਈ ਜਿਹੜਾ ਉਹ 50 ਰੁਪਏ ਪਲੱਸ GST 18% ਲੱਗ ਕੇ 59 ਰੁਪੀਸ ਤੁਹਾਡੀ ਜਿਹੜੀ ਹੈਗੀ ਆ ਉਹ ਫੀ ਰਹਿਣ ਵਾਲੀ ਹੈ। ਔਰ ਅਦਰ ਕੈਟਾਗਰੀਜ਼ ਦੇ ਲਈ 1000 ਪਲੱਸ GST ਲੱਗ ਕੇ 18%, 1180 ਰੁਪਏ ਜਿਹੜੇ ਹੈਗੀ ਆ ਤੁਹਾਡੀ ਫੀ ਰਹਿਣ ਵਾਲੀ ਹੈ। ਅਪਲਾਈ ਕਰਨਾ ਤਾਂ ਔਨਲਾਈਨ ਤੁਸੀਂ ਇਸ ਦੇ ਵਿੱਚ ਅਪਲਾਈ ਕਰਨਾ 7-2-2024 ਤੋਂ ਲੈ ਕੇ 25-2-2024 ਤੱਕ ਤੁਸੀਂ ਇਸ ਦੇ ਵਿੱਚ ਅਪਲਾਈ ਜਿਹੜਾ ਕਰ ਸਕਦੇ ਹੋ। ਇਹਨਾਂ ਦੀ ਓਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਤੁਸੀਂ ਜਿਹੜਾ ਉਹ ਅਪਲਾਈ ਕਰਨਾ ਹੋਏਗਾ। ਔਨਲਾਈਨ ਅਪਲਾਈ ਹੋਏਗਾ, ਮੋਡ ਵੀ ਜਿਹੜਾ ਹੈਗਾ ਤੁਹਾਡਾ ਔਨਲਾਈਨ ਹੀ ਪੇਮੈਂਟ ਦਾ ਮੋਡ ਵੀ ਤੁਹਾਡਾ ਇਸ ਦੇ ਵਿੱਚ ਰਹਿਣ ਵਾਲਾ ਹੈ। ਤੁਸੀਂ ਇਸ ਦੀਆਂ ਪੂਰੀਆਂ ਗਾਈਡਲਾਈਨ ਚੈੱਕ ਕਰ ਲਿਓ। ਕਾਫੀ ਵੱਡਾ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਇਹਨਾਂ ਨੇ ਰਿਲੀਜ਼ ਜਿਹੜਾ ਹੈਗਾ ਕੀਤਾ ਹੈ। ਇੰਟਰਸਟਡ ਕੈਂਡੀਡੇਟ ਜਿਹੜੇ ਹੈਗੇ ਆ ਉਹੀ ਇਸ ਦੇ ਵਿੱਚ ਅਪਲਾਈ ਕਰਨਗੇ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਨੂੰ ਮਿਲ ਸਕੇ। ਤਾਂ ਥੈਂਕ ਯੂ।